पैर गर्म, पेट नरम, सिर ठंडा, आया डॉक्टर मारो डंडा। सारी उम्र होगी उन्होंने तेजाब दे कैप्सूल खांदे आ, सवेरे सवेरे जद तक तेजाब वाला कैप्सूल ना खान उन्हां दी जिंदगी शुरू नहीं हुंदी। ओदे तो खेड़ा छड़ाउणा जी, अज आपां ने थोड़े नाल गल ही सी तां करना आया। दुनिया की सब तो उत्तम चीज़ आ गई जीरा, हर घर के पै है। जेडे बंदे दे घर गैस बनती है जिदे तेजाब बनता है, अद्धा चम्मच दही च मिला के लै लो या ताज़े पानी नाल लै लो, मिनट पंजां दे विच तुहाडे पेट नूं शांत कर दूगी। डकार भी आजूगा, पद भी आजूगा, दोए पासे नूं हवा सरजूगी, बंदा पंजां मिनटां दे विच ठीक। सिर्फ इन्ना कु तोड़ के तुसीं खा लो इहनूं, धुआं कढ दिंदे इह। तुसीं इह कह लो वी बंदे दा खांदी सारे इन्नी कु ज़्यादा अंदर ठंड पा दिंदा कैप्सूल, तुसीं 10 तेजाब वाले 10 कैप्सूल खा लियो इकट्ठे, उह तुहानूं इन्नी छेती आराम नहीं देणगे जिन्ना सिर्फ इन्ना कु टुकड़ा तुहानूं दिंदा। इन्ना कु टुकड़ा इह तां जी आह देखियो तुसीं ज़रा, इन्ना कु टुकड़ा वी ज़्यादा जी इहदा। इनू तुसीं रगड़ के रखो, अद्धा चम्मच सिर्फ खाली पेट ले लो, जां रात नूं भिओं के रख दो, जां सवेरे खाली पेट इदां ही लै लो, इह नहीं तेजाब बन दिंदा। जे सिर ठंडा रहूगा तंदुरुस्त रहोगे, पैर गर्म रहणगे। जिहड़े बंदे दे सर्दियां च भी पैर नहीं भकदे, कई बंदियां दे सर्दियां च भी पैर अग वर बर्फ वर के ठंडे रहने, उह बंदा बीमार ही रहूगा। जिहड़े बंदे दे पेट दे विच उंगल नहीं धसदी, उह बंदा बीमार आ, उहदे अंदर जहर बनदी आ। ਜਿਹੜਾ ਬੰਦਾ ਕਹਿੰਦਾ ਵੀ ਹਾਂ ਮੈਂ ਠੀਕ ਹੋਣਾ, ਉਹ ਘਰ ਬਹਿ ਕੇ ਠੀਕ ਹੋ ਸਕਦਾ ਬੰਦਾ, ਇੱਕ ਬਹੁਤ ਛੋਟੀ ਜਿਹੀ ਗੱਲ ਹੈ। ਮਿੱਠਾ ਸੋਡਾ ਤਾਂ ਅਸੀਂ ਡੰਗਰਾਂ ਨੂੰ ਦਿੰਦੇ ਹਾਂ ਜੀ। ਤੁਸੀਂ ਇਹਦੀ ਖਾਲੀ ਪੇਟ, ਜਿਹੜੇ ਬੰਦੇ ਦੇ ਅੰਦਰ ਤੇਜ਼ਾਬ ਬਣਦਾ ਖਾਲੀ ਪੇਟ ਇੱਕ ਚੁਟਕੀ ਇੱਕ ਚੁੰਡੀ ਭਰ ਕੇ ਲੈ ਲਓ, ਤੇਜ਼ਾਬ ਨਹੀਂ ਬਣੂਗਾ। ਬੰਦਾ ਕਹਿੰਦਾ ਵੀ ਮੇਰੇ ਗੈਸ ਤੇਜ਼ਾਬ ਬਿਨਾਂ ਜਿਹੜਾ ਕੈਪਸੂਲ ਬਿਨਾਂ ਮੇਰਾ ਸਰਦਾ ਨਹੀਂ, ਸਵਾਲ ਨਹੀਂ ਪੈਦਾ ਹੁੰਦਾ ਵੀ ਇੱਕ ਹਫ਼ਤੇ ਬਾਅਦ ਉਹ ਕੈਪਸੂਲ ਲੈ ਜਾਵੇ। 35 ਸਾਲ ਦੇ ਬੰਦਿਆਂ ਨੂੰ ਹਾਰਟ ਅਟੈਕ ਹੁੰਦਾ, ਉਹ ਕੋਈ ਹੋਰ ਕਾਰਨ ਨਹੀਂ, ਉਹ ਤੁਹਾਡੇ ਹਾਰਟ ਨੂੰ ਖਰਾਬ ਕਰਨ ਵਾਲਾ ਤੇਜ਼ਾਬ ਹੈ, ਤੇਜ਼ਾਬ ਬਣ ਕੇ ਦਿਲ ਨੂੰ ਚੜ੍ਹਦਾ। ਬਹੁਤ ਸਾਰੇ ਮੁੰਡੇ ਕੁੜੀਆਂ ਕਹਿੰਦੇ ਨੇ ਕਿ ਜਦੋਂ ਤੱਕ ਅਸੀਂ ਕੂਲ ਲਿਪਣਾ ਲਾਈਏ ਸਾਨੂੰ ਟੱਟੀ ਨਹੀਂ ਆਉਂਦੀ ਜੀ। ਬਹੁਤ ਸਾਰੇ ਮੁੰਡੇ ਇਹ ਕਹਿੰਦੇ ਨੇ ਵੀ ਜਦੋਂ ਤੱਕ ਅਸੀਂ ਕਾਰਡ ਨਾ ਲਾਈਏ ਉਦੋਂ ਤੱਕ ਸਾਨੂੰ ਟੱਟੀ ਨਹੀਂ ਆਉਂਦੀ। ਹਰੇਕ ਬੰਦੇ ਦਾ ਲੀਵਰ ਫੈਟੀ ਅਲਸਰ ਬਣੇ ਪਏ ਨੇ, ਕਿਸੇ ਨੂੰ ਸੰਘਰਹਿਣੀ ਹੋਈ ਵੀ ਆ, ਕਿਸੇ ਨੂੰ ਟੱਟੀ ਆਉਂਦੀ ਨਹੀਂ, ਕਿਸੇ ਨੂੰ ਹਟਦੀ ਨਹੀਂ, ਕਿਸੇ ਨੂੰ ਵਾਰ ਵਾਰ ਆਈ ਜਾਂਦੀਆਂ ਨੇ ਜਲਾਬ ਆ, ਪੇਟ ਖਾਣਾ ਖਾਣ ਤੋਂ ਬਾਅਦ ਕਈ ਬੰਦਿਆਂ ਦਾ ਆਕੜ ਜਾਂਦਾ, ਕਈ ਬੰਦਿਆਂ ਨੂੰ ਲੈਟਰੀਨ ਭੱਜਣਾ ਪੈਂਦਾ, ਇੰਨਾ ਕੁ ਜ਼ਿਆਦਾ ਜਿਹੜਾ ਤੇਜ਼ਾਬ ਨੇ ਲੋਕਾਂ ਦਾ ਬੁਰਾ ਹਾਲ ਕਰਿਆ ਪਿਆ। ਜਿਹੜੀ ਚਾਹ ਹੈ ਉਹ ਕਰਦੀ ਤਾਂ ਕੁਛ ਵੀ ਨਹੀਂ, ਕਈ ਬੰਦੇ ਕਹਿੰਦੇ ਆ ਵੀ ਸਾਨੂੰ ਜੀ ਚਾਹ ਦਾ ਕੱਪ ਪੀਤੇ ਤੋਂ ਬਿਨਾਂ ਅਸੀਂ ਲੈਟਰੀਨ ਜਾ ਨਹੀਂ ਸਕਦੇ, ਸਾਡਾ ਤਾਂ ਪੇਟ ਸਾਫ਼ ਹੀ ਨਹੀਂ ਹੁੰਦਾ। ਗੱਲ ਕੀ ਹੈ, ਉਹ ਦਿਮਾਗ ਤੁਹਾਡਾ ਉੱਥੇ ਖੜ ਚੁੱਕਿਆ, ਤੁਸੀਂ ਗਰਮ ਪਾਣੀ ਪੀ ਲਓ, ਪੇਟ ਤਾਂ ਉਹਦੇ ਨਾਲ ਵੀ ਸਾਫ਼ ਹੋ ਜਾਣਾ। ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪੱਦ ਆਉਂਦੇ ਨੇ ਉਹਨਾਂ ਦਾ ਵੀ ਕੰਮ ਖਰਾਬ ਹੈ, ਤੇ ਜਿਨ੍ਹਾਂ ਨੂੰ ਬਿਲਕੁਲ ਹੀ ਨਹੀਂ ਆਉਂਦੇ ਉਹਨਾਂ ਦਾ ਵੀ ਕੰਮ ਖਰਾਬ ਹੈ, ਤੇ ਜਿਹੜੇ ਰੋਕ ਲੈਂਦੇ ਨੇ ਆਉਣ ਦੇ ਬਾਵਜੂਦ ਸਭ ਤੋਂ ਵੱਧ ਕੰਮ ਖਰਾਬ ਹੈ। ਜਿਹੜਾ ਤੌਲੇ ਵਰਗੇ ਢਿੱਡ ਨੇ ਗੈਸ ਕਰਕੇ ਨੇ ਜੀ, ਤੌਲੇ ਵਰਗੇ ਲੋਕਾਂ ਦੇ ਢਿੱਡ ਹੋਏ ਪਏ ਨੇ ਜੀ। ਇਸ ਜਗ੍ਹਾ ਜਦ ਸਭ ਕੁਝ ਇਕੱਠਾ ਹੋਈ ਜਾਊਗਾ ਨਾ, ਤੌਲੇ ਵਰਗਾ ਹੋਣਾ। ਹੁਣ ਅੱਜ ਕੱਲ੍ਹ ਲੋਕ ਇਹ ਬਹੁਤ ਕਹਿਣ ਲੱਗੇ, ਤੁਸੀਂ ਦੇਖਿਆ ਮੈਂ ਇੱਕ ਜਗ੍ਹਾ ਖੜਾ, ਉਹ ਬੰਦਾ ਆਪਣੇ ਦੋਸਤ ਨੂੰ ਕਹਿੰਦਾ ਯਾਰ ਤੇਰਾ ਪੇਟ ਏ ਬਹੁਤ, ਤੇਰਾ ਤਾਂ ਜਵਾਨ ਹੋ ਗਿਆ। ਤੁਸੀਂ ਇਹ ਕਹਿਣ ਲੱਗੇ ਲੋਕ ਵੀ ਸਰੀਰ ਬੰਦੇ ਦਾ ਹੈ ਨਹੀਂ, ਪੇਟ ਜਵਾਨ ਹੋਇਆ ਪਿਆ ਅੱਜ ਕੱਲ੍ਹ ਹਰੇਕ ਬੰਦੇ ਦਾ। ਬੀਬੀਆਂ ਨੂੰ ਥਾਇਰਾਇਡ ਕਿਉਂ ਹੁੰਦਾ? ਉਹ ਸਭ ਤੋਂ ਵੱਧ ਜਿਹੜਾ ਤੇਜ਼ਾਬ ਤੁਹਾਡੇ ਗਲੇ 'ਚ ਨੂੰ ਚੜ੍ਹਦਾ, ਤੁਹਾਡੇ ਥਾਇਰਾਇਡ ਗਲੈਂਡ ਨੂੰ ਡਿਸਟਰਬ ਕਰਦਾ, ਡਿਸਬੈਲੈਂਸ ਕਰਦਾ। ਇਹ ਬਜ਼ੁਰਗ ਆਮ ਕਹਿੰਦੇ ਹੁੰਦੇ ਸੀ, ਸਿੱਕ ਪੱਦ ਅਤੇ ਡਕਾਰ ਤਿੰਨੇ ਸਿਹਤ ਦਾ ਸ਼ਿੰਗਾਰ, ਜਿਹਨਾਂ ਨੂੰ ਤਿੰਨੇ ਨਹੀਂ ਆਉਂਦੇ ਬੰਦਾ ਬਿਮਾਰੀ ਬਿਮਾਰ ਹੈ ਨਾ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਪਿਛਲੇ ਹਫ਼ਤੇ ਅਸੀਂ ਤੁਹਾਨੂੰ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ ਜਗਰੂਪ ਸਿੰਘ ਭੰਗੂ ਹੋਰਾ ਦੀ ਇੱਕ ਵੀਡੀਓ ਦਿਖਾਈ ਸੀ, ਜਿਸ 'ਚ ਉਹਨਾਂ ਨੇ ਪੁਰਾਣੇ ਤੋਂ ਪੁਰਾਣੇ ਗੁੜ ਦੀ ਗੋਲੀ ਵੱਟ ਕੇ ਬੇ ਔਲਾਦ ਜੋੜਿਆਂ ਦਾ ਇਲਾਜ ਕਰਨ ਦੀ ਗੱਲ ਕਹੀ ਸੀ। ਉਸ ਤੋਂ ਬਾਅਦ ਬਹੁਤ ਸਾਰੇ ਮਰੀਜ਼ ਨੇ ਜਿਹੜੇ, ਬਹੁਤ ਸਾਰੇ ਟੈਲੀਫੋਨ ਨੇ, ਬਹੁਤ ਸਾਰੀਆਂ ਈਮੇਲਸ ਨੇ, ਪੂਰੀ ਦੁਨੀਆ 'ਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਮੈਨੂੰ ਵੀ ਪ੍ਰਾਪਤ ਹੋਈਆਂ ਨੇ, ਡਾਕਟਰ ਜਗਰੂਪ ਸਿੰਘ ਭੰਗੂ ਹੋਰਾਂ ਨੂੰ ਵੀ ਜਿਹੜਾ ਫੋਨ ਕਾਲਸ ਆਏ ਨੇ। ਅਤੇ ਜਦੋਂ ਉਹਨਾਂ ਨੇ ਲੋਕਾਂ ਨਾਲ ਬੇ ਔਲਾਦ ਜੋੜਿਆਂ ਨਾਲ ਖਾਸ ਕਰਕੇ ਜਦੋਂ ਗੱਲਬਾਤ ਕੀਤੀ ਤਾਂ ਇੱਕ ਬੜਾ ਨਵਾਂ ਤੱਤ ਜਿਹੜਾ ਉਹ ਸਾਹਮਣੇ ਆਇਆ। ਕੀ ਤੱਤ ਹੈ, ਉਹਦਾ ਕਿਵੇਂ ਇਲਾਜ ਹੋ ਸਕਦਾ? ਆਮ ਨਾ ਸਿਰਫ ਬੇ ਔਲਾਦ ਜੋੜੇ ਸਗੋਂ ਹਰ ਘਰ ਦੇ ਵਿੱਚ ਸ਼ਾਇਦ ਹੀ ਕੋਈ ਘਰ ਇਸ ਤਰ੍ਹਾਂ ਦਾ ਹੋਵੇ ਜਿਸ ਘਰ ਦੇ ਵਿੱਚ ਉਹ ਬਿਮਾਰੀ ਨਾ ਹੋਵੇ। ਗੱਲਬਾਤ ਕਰ ਲੈਂਦੇ ਹਾਂ ਕੀ ਬਿਮਾਰੀ ਹੈ, ਕਿਸ ਤਰੀਕੇ ਨਾਲ ਉਹਦਾ ਇਲਾਜ ਹੈਗਾ ਜਿਹੜਾ ਉਹ ਬੜੇ ਆਸਾਨੀ ਨਾਲ ਕੀਤਾ ਜਾ ਸਕਦਾ। ਵੈਜ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ ਜੀ। ਜੀ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਕੀ ਚੀਜ਼ ਨਿਕਲ ਕੇ ਸਾਹਮਣੇ, ਇਹ ਤੁਸੀਂ ਕਹਿ ਰਹੇ ਹੋ ਕਿ ਕੈਮਰੇ ਸਾਹਮਣੇ ਖੁਲਾਸਾ ਕਰੋਗੇ ਬੇ ਔਲਾਦ ਜੋੜਿਆਂ ਬਾਬਤ, ਅਤੇ ਘਰ ਘਰ ਦੇ ਵਿੱਚ ਵੱਧ ਰਹੀ
ਬਿਮਾਰੀਆਂ ਦੇ ਮੁਤਾਬਕ। ਦੇਖੋ ਜੀ, ਹਰੇਕ ਬੰਦਾ ਕੀ ਕਹਿੰਦਾ ਆ ਕੇ ਵੀ ਮੇਰਾ ਪੇਟ ਖਰਾਬ ਆ, ਹੈ ਨਾ। ਤੁਸੀਂ ਇਹ ਕਹਿ ਲਓ ਵੀ ਕਈ ਜੋੜੇ, ਲਗਭਗ 99% ਜੋੜੇ ਇਹ ਕਹਿ ਦਿੰਦੇ ਆ ਕਿ ਵੀ ਸਾਡਾ ਜੀ ਹੁਣ ਤੱਕ ਟੈਸਟਾਂ 'ਚ ਕੁਛ ਨਹੀਂ ਆਇਆ, ਅਸੀਂ ਲੱਖਾਂ ਦੇ ਟੈਸਟ ਕਰਾ ਲਏ। ਅਤੇ ਅਸੀਂ ਜਦੋਂ ਮੈਂ ਉਹਨਾਂ ਨੂੰ ਛੋਟੀ ਜਿਹੀ ਗੱਲ ਕਹਿ ਦਿੰਦਾ ਵੀ ਤੁਹਾਡੇ ਜੀ ਬੱਚਾਦਾਨੀ 'ਚ ਗਰਮੀ ਪਈ ਹੋਈ ਹੈ, ਤੁਹਾਡੇ ਅੰਦਰ ਗਰਮੀ ਵਧੀ ਹੋਈ ਹੈ, ਤਾਂ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਜਾਂ ਅੱਜ ਦੇ ਲੋਕ ਹੈ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਕਹਿੰਦੇ ਹੁੰਦੇ ਸੀ ਪੁਰਾਣੇ ਬਜ਼ੁਰਗ ਵੀ, ਜੇ ਤੁਹਾਡੇ ਪੇਟ 'ਚ ਗਰਮੀ ਪੈ ਗਈ ਤਾਂ ਸਮਝ ਲਓ ਤੁਹਾਡੇ ਸਰੀਰ ਦਾ ਸਾਰੇ ਦਾ ਹੀ ਸੱਤਿਆਨਾਸ਼ ਹੋ ਗਿਆ। ਉਹ ਪੁਰਾਣੇ ਬਜ਼ੁਰਗ ਸਾਡੇ ਇੱਕ ਕਹਾਵਤ ਕਹਿੰਦੇ ਹੁੰਦੇ ਸੀਗੇ ਵੀ ਪੈਰ ਗਰਮ, ਪੇਟ ਨਰਮ, ਸਿਰ ਠੰਡਾ, ਆਇਆ ਡਾਕਟਰ ਮਾਰੋ ਡੰਡਾ। ਕਿਉਂਕਿ ਜੇ ਆਪਾਂ ਸਿਰ ਨੂੰ ਕਦੇ ਵੀ ਤੁਸੀਂ ਦੇਖਿਆ ਵੀ ਬੁਖਾਰ ਚੜ੍ਹ ਗਿਆ ਤਾਂ ਤੁਹਾਡਾ ਸਿਰ ਤੱਪਣ ਲੱਗ ਜਾਂਦਾ। ਆਪਾਂ ਸਭ ਤੋਂ ਪਹਿਲਾਂ ਸਿਰ ਨੂੰ ਹੱਥ ਲਾ ਕੇ ਦੇਖਦੇ ਹਾਂ ਵੀ ਗਰਮ ਹੋ ਗਿਆ, ਹਾਂ ਵਾਕਈ ਜੀ ਬੁਖਾਰ ਹੈ। ਕਿਉਂਕਿ ਜੇ ਸਿਰ ਠੰਡਾ ਰਹੂਗਾ ਤੰਦਰੁਸਤ ਰਹੋਗੇ, ਪੈਰ ਗਰਮ ਰਹਿਣਗੇ। ਜਿਹੜੇ ਬੰਦੇ ਦੇ ਸਰਦੀਆਂ 'ਚ ਵੀ ਪੈਰ ਨਹੀਂ ਭੱਖਦੇ, ਕਈ ਬੰਦਿਆਂ ਦੇ ਸਰਦੀਆਂ 'ਚ ਵੀ ਪੈਰ ਅੱਗ ਵਰ ਬਰਫ਼ ਵਰਗੇ ਠੰਡੇ ਰਹਿੰਦੇ, ਉਹ ਬੰਦਾ ਬਿਮਾਰ ਰਹੂਗਾ। ਜਿਹੜੇ ਬੰਦੇ ਦੇ ਪੇਟ ਦੇ ਵਿੱਚ ਉਂਗਲ ਨਹੀਂ ਧੱਸਦੀ ਉਹ ਬੰਦਾ ਬਿਮਾਰ ਆ, ਉਹਦੇ ਅੰਦਰ ਜ਼ਹਿਰ ਬਣਦੀ ਆ। ਜਿਹੜੇ ਬੰਦੇ ਦੇ ਉਂਗਲ ਅੰਦਰ ਨੂੰ ਜਾਂਦੀ ਆ, ਨਰਮ ਹੈ ਪੇਟ, ਤਾਂ ਸਮਝੋ ਉਹ ਬੰਦਾ ਤੰਦਰੁਸਤ ਹੈ। ਮੇਰੇ ਤਾਂ ਜਾ ਰਹੀ ਹੈ ਜੀ ਜੀ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹਰ ਬੰਦੇ ਦੇ ਘਰ ਦੇ ਵਿੱਚ ਗੈਸ ਵਾਲਾ ਕੈਪਸੂਲ ਪਿਆ। ਘਰ ਦੇ ਵਿੱਚ ਆਟਾ ਬੇਸ਼ੱਕ ਨਾ ਹੋਵੇ, ਪਰ ਗੈਸ ਦਾ ਕੈਪਸੂਲ ਘਰ ਬਾਹਰ, ਘਰੋਂ ਬਾਹਰ ਗਏ ਬੰਦੇ ਨੂੰ ਆਪਣੇ ਉਹਨੂੰ ਫੋਨ ਕਰਕੇ ਇਹ ਕਹਿਣਾ ਵੀ ਮੇਰੇ ਗੈਸ ਵਾਲਾ ਕੈਪਸੂਲ ਨਾ ਭੁੱਲਿਆ, ਇਹ ਹੋਰ ਬੇਸ਼ੱਕ ਚੂਸੀ ਚੀਜ਼ਾਂ ਭੁੱਲਿਆ। ਕਿਉਂਕਿ ਹਰੇਕ ਬੰਦਾ ਪਰੇਸ਼ਾਨ ਹੈ, ਇੰਨਾ ਕੁ ਪੇਟ ਤੋਂ ਹੋ ਗਿਆ, ਲੀਵਰ ਤੋਂ ਪਰੇਸ਼ਾਨ ਹੋ ਗਿਆ, ਹਰੇਕ ਬੰਦੇ ਦਾ ਲੀਵਰ ਫੈਟੀ ਹੈ, ਤੇਜ਼ਾਬ ਬਣਦਾ, ਅਲਸਰ ਬਣੇ ਪਏ ਨੇ, ਕਿਸੇ ਨੂੰ ਸੰਘਰਾਣੀ ਹੋਈ ਵੀ ਆ, ਕਿਸੇ ਨੂੰ ਟੱਟੀ ਆਉਂਦੀ ਨਹੀਂ, ਕਿਸੇ ਨੂੰ ਹਟਦੀ ਨਹੀਂ, ਕਿਸੇ ਨੂੰ ਵਾਰ ਵਾਰ ਆਈ ਜਾਂਦੀਆਂ ਨੇ ਜਲਾਬ ਪੇਟ। ਖਾਣਾ ਖਾਣ ਤੋਂ ਬਾਅਦ ਕਈ ਬੰਦਿਆਂ ਦਾ ਆਕੜ ਜਾਂਦਾ, ਕਈ ਬੰਦਿਆਂ ਨੂੰ ਲੈਟਰੀਨ ਭੱਜਣਾ ਪੈਂਦਾ, ਇੰਨਾ ਕੁ ਜ਼ਿਆਦਾ ਜਿਹੜਾ ਤੇਜ਼ਾਬ ਨੇ ਲੋਕਾਂ ਦਾ ਬੁਰਾ ਹਾਲ ਕਰਿਆ ਪਿਆ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਕਹਿ ਲਓ ਵੀ ਅੱਗੇ ਬੰਦੇ 100-100 ਸਾਲ ਦੇ ਹੋ ਕੇ ਮਰਦੇ ਸੀਗੇ, ਹੁਣ ਜਿਹੜੇ ਬੰਦੇ ਤੁਸੀਂ 35-35 ਸਾਲ ਦੇ ਬੰਦਿਆਂ ਨੂੰ ਹਾਰਟ ਅਟੈਕ ਹੁੰਦਾ, ਉਹ ਕੋਈ ਹੋਰ ਕਾਰਨ ਨਹੀਂ, ਉਹ ਤੁਹਾਡੇ ਹਾਰਟ ਨੂੰ ਖਰਾਬ ਕਰਨ ਵਾਲਾ ਤੇਜ਼ਾਬ ਹੈ। ਤੇਜ਼ਾਬ ਬਣ ਕੇ ਦਿਲ ਨੂੰ ਚੜ੍ਹਦਾ। ਕਈ ਵਾਰੀ ਕਹਿੰਦੇ ਅਸੀਂ ਜੀ ECG ਵੀ ਕਰਾ ਲਈ, ਇੰਜੀਓਗ੍ਰਾਫੀ ਵੀ ਕਰਾ ਲਈ, ਉਹਦੇ ਵਿੱਚ ਕੁਛ ਨਹੀਂ ਆਇਆ, ਚੈਸਟ ਐਕਸਰੇ ਕਰਾ ਲਿਆ ਉਹ 'ਚ ਕੁਛ ਨਹੀਂ ਆਇਆ, ਉਹ ਸਾਰਾ ਤੁਹਾਡੇ ਤੇਜ਼ਾਬ ਆ ਜਿਹੜਾ ਤੁਹਾਡੇ ਦਿਲ ਨੂੰ ਖਰਾਬ ਕਰ ਰਿਹਾ, ਤੇਜ਼ਾਬ ਤੁਹਾਡੇ। ਕਈ ਬੰਦਿਆਂ ਨੂੰ ਤੁਸੀਂ ਇਹ ਕਹਿ ਲਓ ਵੀ, ਕਈ ਬੰਦੇ ਕਹਿੰਦੇ ਆ ਵੀ ਸਾਨੂੰ ਸਾਹ ਚੜ੍ਹ ਰਿਹਾ ਜੀ, ਬਲਗਮ ਨਹੀਂ ਹੈਗੀ, ਉਸ ਬੰਦਿਆਂ ਨੂੰ ਵੀ ਜਿਹੜਾ ਤੇਜ਼ਾਬ ਐਡੀ ਕੁ ਖਤਰਨਾਕ ਚੀਜ਼ ਹੈ, ਇਹਨੂੰ ਜਿਹੜਾ ਹੈਗਾ ਮੰਨਣਾ ਅਤੇ ਸਮਝਣਾ ਅਤੇ ਠੀਕ ਕਰਨਾ ਬਹੁਤ ਸੌਖਾ ਹੈ, ਪਰ ਜੇ ਆਪਾਂ ਥੋੜ੍ਹਾ ਜਿਹਾ ਇਹਨੂੰ ਸਮਝ ਕੇ ਚੱਲੀਏ, ਆਪਣੀ ਖੁਰਾਕ ਨੂੰ ਧਿਆਨ ਨਾਲ ਖਾਈਏ, ਤਾਂ ਕਈ ਬੰਦਿਆਂ ਦੇ ਤੁਸੀਂ ਇਹ ਕਹਿ ਲਓ ਵੀ, ਕਈ ਬੰਦੇ ਇਹ ਵੀ ਕਹਿੰਦੇ ਆ ਵੀ ਅਸੀਂ ਤਾਂ ਜੀ ਖੁਰਾਕ ਵੀ ਬਹੁਤ ਵਧੀਆ ਖਾਂਦੇ ਹਾਂ, ਅਸੀਂ ਤਾਂ ਜੀ ਰੋਟੀ ਵੀ ਨਹੀਂ ਖਾਂਦੇ, ਅਸੀਂ ਖਾਣਾ ਵੀ ਟਾਈਮ 'ਤੇ ਖਾਂਦੇ ਹਾਂ, ਬਾਹਰਲਾ ਅਸੀਂ ਖਾਣਾ ਨਹੀਂ ਖਾਂਦੇ, ਉਹ ਲੋਕਾਂ ਦੇ ਕਿਵੇਂ ਤੇਜ਼ਾਬ ਬਣਦਾ? ਉਹ ਲੋਕਾਂ ਦੇ ਡਿਪਰੈਸ਼ਨ ਦੇ ਕਾਰਨ ਤੇਜ਼ਾਬ ਬਣਦਾ, ਕਿਉਂਕਿ ਡਿਪਰੈਸ਼ਨ ਕਾਰਨ ਹੈ। ਦੇਖੋ ਜੀ, ਤੁਹਾਡੀ ਮਾੜੀ ਖੁਰਾਕ ਨਾਲੋਂ ਵੱਧ ਤੁਹਾਡੀ ਸੋਚ ਕੰਮ ਕਰਦੀ ਹੈ ਤੁਹਾਡੇ ਸਰੀਰ ਲਈ। ਜਿੰਨੀ ਵਧੀਆ ਤੁਸੀਂ ਸੋਚ ਰੱਖੋਗੇ, ਜਿੰਨਾ ਤੁਸੀਂ ਆਪਣੇ ਦਿਮਾਗ ਨੂੰ ਤਾਜ਼ਾ ਰੱਖੋਗੇ, ਜਿੰਨਾ ਆਪਣੇ ਦਿਲ ਨੂੰ ਜਵਾਨ ਰੱਖੋਗੇ, ਉਨਾ ਤੁਹਾਡਾ ਸਰੀਰ ਜਿਹੜਾ ਤੰਦਰੁਸਤ ਰਹਿੰਦਾ। ਜਿੰਨਾ ਤੁਸੀਂ ਆਪਣੇ ਦਿਮਾਗ 'ਤੇ ਹਾਵੀ ਗੱਲਾਂ ਦਾ ਪ੍ਰਭਾਵ ਰੱਖੋਗੇ, ਉਨਾ ਤੁਹਾਡੇ ਤੇਜ਼ਾਬ ਤੁਹਾਡੀ ਮਾੜੀ ਖੁਰਾਕ ਨਾਲੋਂ ਵੀ ਜ਼ਿਆਦਾ ਤੁਹਾਡਾ ਜਿਹੜਾ ਤੇਜ਼ਾਬ ਡਿਪਰੈਸ਼ਨ ਪੈਣ ਨਾਲ ਬਣਦਾ। ਇਹ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜਿਹੜਾ ਹੈਗਾ ਵੱਧ ਜਿਹੜਾ ਲੋਕਾਂ ਦੇ ਉੱਪਰ ਪ੍ਰਭਾਵ ਪਾ ਰਿਹਾ ਜੀ, ਖੁਰਾਕ ਨਾਲੋਂ ਵੀ ਜ਼ਿਆਦਾ। ਅੱਛਾ, ਬੜੀ ਵੱਡੀ ਗੱਲ ਤੁਸੀਂ ਅੱਜ ਲੋਕਾਂ ਨਾਲ ਸਾਂਝੀ ਕੀਤੀ ਹੈ ਕਿ ਮਾੜੀ ਖੁਰਾਕ ਨਾਲੋਂ ਤੁਹਾਡਾ ਜਿਹੜਾ ਡਿਪਰੈਸ਼ਨ ਹੈ ਉਹ ਤੁਹਾਡੇ ਖਾਣੇ ਦੇ ਉੱਤੇ ਬੜਾ ਮਾੜਾ ਪ੍ਰਭਾਵ ਹੈ, ਤੁਹਾਡੇ ਪੇਟ ਦੇ ਉੱਤੇ ਬੜਾ ਮਾੜਾ ਪ੍ਰਭਾਵ ਹੈ ਪਾਉਂਦਾ। ਪਰ ਡਾਕਟਰ ਸਾਹਿਬ, ਬਹੁਤ ਸਾਰੇ ਕੇਸਿਸ ਇਸ ਤਰ੍ਹਾਂ ਦੇਖੇ ਨੇ ਕਿ ਸਾਰੀ ਉਮਰ ਹੋ ਗਈ ਉਹਨਾਂ ਨੂੰ ਤੇਜ਼ਾਬ ਦੇ ਕੈਪਸੂਲ ਖਾਂਦੇ ਆ, ਸਵੇਰੇ ਸਵੇਰੇ ਜਦੋਂ ਤੱਕ ਉਹ ਤੇਜ਼ਾਬ ਵਾਲਾ ਕੈਪਸੂਲ ਨਾ ਖਾਣ ਉਹਨਾਂ ਦੀ ਜ਼ਿੰਦਗੀ ਸ਼ੁਰੂ ਨਹੀਂ ਹੁੰਦੀ। ਉਹ ਕਹਿੰਦੇ ਨੇ ਵੀ ਜੇ ਅਸੀਂ ਬਾਹਰ ਜਾਈਏ ਸਾਡੇ ਕੱਪੜੇ ਰਹਿ ਜਾਣ, ਸਾਡਾ ਹਰੇਕ ਸਾਡਾ ਮੋਬਾਈਲ ਘਰ ਰਹਿ ਜੇ, ਪਰ ਸਾਡੀ ਗੱਡੀ 'ਚ, ਸਾਡੇ ਸਕੂਟਰ 'ਤੇ, ਸਾਡੇ ਮੋਟਰਸਾਈਕਲ 'ਚ, ਸਾਡੇ ਸਮਾਨ 'ਚ ਗੈਸ ਵਾਲਾ ਕੈਪਸੂਲ ਹੋਣਾ ਚਾਹੀਦਾ, ਉਹਦੇ ਤੋਂ ਖਿਹੜਾ ਛਡਾਉਣਾ ਜੀ। ਅੱਜ ਆਪਾਂ ਨੇ ਤੁਹਾਡੇ ਨਾਲ ਗੱਲ ਹੀ ਸੀ ਤਾਂ ਕਰਨਾ ਹੈ। ਬਿਲਕੁਲ ਬਿਲਕੁਲ, ਉਹ ਤੁਸੀਂ ਦੇਖੋ ਜੀ, ਉਹ ਆਪਾਂ ਇਹ ਇੱਕ ਗੱਲ ਛੋਟੀ ਜਿਹੀ ਕਹਿਣੀ ਜਾਵਾਂਗੇ, ਕਈ ਬੰਦਿਆਂ ਨੂੰ ਸੁਣ ਕੇ ਹੋਰ ਤਰ੍ਹਾਂ ਦਾ ਲੱਗੂਗਾ। ਉਹਨਾਂ ਨੇ ਸਿਰਫ ਆਪਣਾ ਜਿਹੜਾ ਦਿਮਾਗ ਹੈ, ਆਪਣੀ ਸੋਚ ਹੈ, ਉਹ ਸਿਰਫ ਇੱਕ ਪੱਤੇ ਪਰ ਖੜਾ ਲਿਆ ਵੀ ਹਾਂ ਇਹਦੇ ਵਿੱਚੋਂ ਕੈਪਸੂਲ ਕੱਢੋ, ਅੱਧਾ ਗਲਾਸ ਪਾਣੀ ਦਾ ਲਓ, ਸਵੇਰੇ ਅੰਦਰ ਸਿੱਟੋ ਅਤੇ ਲੈਟਰਿਨ ਦਾ ਬੂਹਾ ਖੋਲ੍ਹੋ, ਠੀਕ ਹੈ। ਉਹਨਾਂ ਨੇ ਆਪਣਾ ਦਿਮਾਗ ਹੈ, ਉੱਥੇ ਜਿਹੜੇ ਬੰਦੇ ਨੇ ਦਿਮਾਗ ਹੈ ਉਸ ਸ਼ਿਕ ਇੱਕ ਇੰਨਾ ਕੁ ਅੱਧਾ ਇੰਚ ਦੇ ਕੈਪਸੂਲ 'ਤੇ ਖੜਾਇਆ ਹੋਇਆ, ਉਹ ਬੰਦਾ ਠੀਕ ਕਿਵੇਂ ਹੋ ਸਕਦਾ? ਤੁਸੀਂ ਤਾਂ ਕੈਪਸੂਲ ਦੀ ਗੱਲ ਕਰਦੇ ਹੋ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ। ਮੈਨੂੰ ਬੜੇ ਅਟਪਟੇ ਫੋਨ ਆਉਂਦੇ ਨੇ, ਬਹੁਤ ਸਾਰੇ ਮੁੰਡੇ ਕੁੜੀਆਂ ਕਹਿੰਦੇ ਨੇ ਕਿ ਜਦੋਂ ਤੱਕ ਅਸੀਂ ਕੂਲ ਲਿਪਣਾ ਲਾਈਏ ਸਾਨੂੰ ਟੱਟੀ ਨਹੀਂ ਆਉਂਦੀ ਜੀ। ਬਹੁਤ ਸਾਰੇ ਮੁੰਡੇ ਇਹ ਕਹਿੰਦੇ ਨੇ ਵੀ ਜਦੋਂ ਤੱਕ ਅਸੀਂ ਕਾਰਡ ਨਾ ਲਾਈਏ ਉਦੋਂ ਤੱਕ ਸਾਨੂੰ ਟੱਟੀ ਨਹੀਂ ਆਉਂਦੀ। ਉਹ ਦਿਮਾਗ ਉੱਥੇ ਖੜ ਚੁੱਕਿਆ ਨਾ ਜੀ ਕਈ ਲੋਕਾਂ ਦਾ, ਹੁਣ ਜਿਹੜੀ ਚਾਹ ਹੈ ਉਹ ਕਰਦੀ ਤਾਂ ਕੁਛ ਵੀ ਨਹੀਂ। ਕਈ ਬੰਦੇ ਕਹਿੰਦੇ ਆ ਵੀ ਸਾਨੂੰ ਜੀ ਚਾਹ ਦਾ ਕੱਪ
ਪੀਤੇ ਤੇ ਬਿਨਾਂ ਅਸੀਂ ਲੈਟਰਿਨ ਜਾ ਨਹੀਂ ਸਕਦੇ, ਸਾਡਾ ਤਾਂ ਪੇਟ ਸਾਫ਼ ਹੀ ਨਹੀਂ ਹੁੰਦਾ। ਗੱਲ ਕੀ ਹੈ, ਉਹ ਦਿਮਾਗ ਤੁਹਾਡਾ ਉੱਥੇ ਖੜ ਚੁੱਕਿਆ, ਤੁਸੀਂ ਗਰਮ ਪਾਣੀ ਪੀ ਲਓ, ਪੇਟ ਤਾਂ ਉਹਦੇ ਨਾਲ ਵੀ ਸਾਫ਼ ਹੋ ਜਾਣਾ ਸਵੇਰੇ ਉੱਠ ਕੇ, ਤੁਸੀਂ ਹੋਰ ਕੋਈ ਚੀਜ਼ ਖਾ ਲਓ, ਬੜੇ ਸਲਾਦ ਨੇ, ਫਰੂਟ ਨੇ, ਉਹ ਚੀਜ਼ਾਂ ਖਾ ਲਓ, ਤੁਸੀਂ ਪੇਟ ਦਾ ਥੋੜ੍ਹਾ ਜਿਹਾ ਮੋਸ਼ਨ ਹੀ ਬਣਾਉਣਾ। ਜਿਹੜੀ ਸਭ ਤੋਂ ਵੱਧ ਸਿੜੀ ਹਵਾ ਹੈ, ਸਾਡੀ ਵਾਯੂ ਦੋਸ਼ ਆ ਜਿਹੜਾ, ਉਹ ਸਵੇਰ ਟਾਈਮ ਕਿਉਂ ਜਿਹੜਾ ਹੈਗਾ ਜ਼ਿਆਦਾ ਹਾਵੀ ਹੁੰਦਾ, ਸਵੇਰ ਟਾਈਮ ਜਿਹੜੇ ਸਾਨੂੰ ਪੱਦਾ ਜਾਂ ਗੈਸ ਆ ਉਹ ਜ਼ਿਆਦਾ ਪਾਸ ਕਿਉਂ ਹੁੰਦੀ ਆ? ਉਹ ਕੁਦਰਤ ਦਾ ਇੱਕ ਅਸੂਲ ਹੈ, ਕਿਉਂਕਿ ਉਹਨੇ ਹੀ ਜਿਹੜਾ ਹੈਗਾ ਉਹਦੀ ਗਤੀ ਬਣਾਉਣੀ ਹੈ, ਲੈ ਕੇ ਬਣਾਉਣ ਨੂੰ ਜਾਂ ਇਹ ਗੱਲ ਨਹੀਂ ਹੈ ਕੋਈ ਵੀ ਹਾਂ ਵੀ ਹੋਰ ਵੀ ਸਵੇਰੇ ਸਵੇਰੇ ਹਵਾ ਸਾਨੂੰ ਸੋਹਣੀ ਲੱਗਦੀ, ਸੋਹਣੀ ਸਰਦੀ ਹੈ, ਉਹ ਕੁਦਰਤ ਦਾ ਇੱਕ ਨਿਯਮ ਹੈ। ਕੁਦਰਤ ਨੇ ਉਹਨੂੰ ਉਸੇ ਟਾਈਮ ਪੈਦਾ ਕੀਤਾ ਜਿਹੜੇ ਟਾਈਮ ਉਹਦੀ ਜ਼ਰੂਰਤ ਹੈ, ਨਾ ਕਿ ਉਹਨੂੰ ਬਾਅਦ ਦੇ ਵਿੱਚ, ਕਿਉਂਕਿ ਉਹ ਆਉਣੀ ਜ਼ਰੂਰ ਹੈ। ਅੱਜ ਕੱਲ੍ਹ ਲੋਕਾਂ ਦੇ ਅੰਦਰ ਹਵਾ ਥੱਲੇ ਨੂੰ ਤਾਂ ਕੀ ਉੱਪਰ ਨੂੰ ਚੜ੍ਹ ਰਹੀ ਹੈ, ਲੋਕ ਕਹਿੰਦੇ ਜੀ ਗਲ 'ਚ ਨੂੰ ਸਾਡੇ ਹਵਾ ਨਿਕਲ ਰਹੀ ਹੈ। ਤੁਸੀਂ ਦੇਖੋ ਗਲ 'ਚ ਨੂੰ ਜਦੋਂ ਹਵਾ ਨਿਕਲੂਗੀ, ਉਹ ਤੁਹਾਨੂੰ ਗੰਦੀ ਸਮੈਲ ਵਾਲੇ ਡਕਾਰ, ਤੁਹਾਡਾ ਗਲਾ ਪੱਕੂਗਾ। ਲੋਕਾਂ ਨੂੰ ਤੁਸੀਂ ਦੇਖੋ ਥਾਇਰਡ ਹੋਇਆ ਪਿਆ, ਬੀਬੀਆਂ ਨੂੰ ਥਾਇਰਡ ਕਿਉਂ ਹੁੰਦਾ? ਉਹ ਸਭ ਤੋਂ ਵੱਧ ਜਿਹੜਾ ਤੇਜ਼ਾਬ ਤੁਹਾਡੇ ਗਲੇ 'ਚ ਨੂੰ ਚੜ੍ਹਦਾ, ਤੁਹਾਡੇ ਥਾਇਰਡ ਗਲੈਂਡ ਨੂੰ ਉਹ ਡਿਸਟਰਬ ਕਰਦਾ, ਡਿਸਬੈਲੈਂਸ ਕਰਦਾ, ਖਰਾਬ ਕਰਦਾ, ਉਹ ਤੁਹਾਡਾ ਤੇਜ਼ਾਬ ਤੁਹਾਡੇ ਜਿਹੜਾ ਗਲੇ ਨੂੰ ਖਰਾਬ ਕਰ ਰਿਹਾ। 99% ਤੁਹਾਨੂੰ ਡਾਕਟਰ ਕਹੀ ਜਾਂਦੇ ਨੇ ਵੀ ਤੁਹਾਡੀ ਜਿਹੜੀ ਪ੍ਰੈਗਨੈਂਸੀ ਆ ਉਹ ਥਾਇਰਡ ਕਰਕੇ ਨਹੀਂ ਹੁੰਦੀ, ਉਹ ਥਾਇਰਡ ਕਰਕੇ ਨਹੀਂ ਹੁੰਦੀ ਥਾਇਰਡ, ਇਹ ਤੁਸੀਂ ਸੋਚੋ। ਉਹਦੀ ਕਦੇ ਸਟੱਡੀ ਕਰੋ, ਉਹਦੇ ਵਾਸਤੇ ਗਿਆਨ ਇਕੱਠਾ ਕਰਿਆ ਕਰੋ ਵੀ ਜਿਹੜਾ ਸਾਡਾ ਥਾਇਰਡ ਆ ਉਹ ਪੈਦਾ ਕਿਉਂ ਹੋਇਆ, ਨਾ ਉਹਦੇ ਹੋਣ ਕਰਕੇ ਤੁਹਾਨੂੰ ਪ੍ਰੈਗਨੈਂਸੀ ਨਹੀਂ ਹੁੰਦੀ, ਤੇਜ਼ਾਬ ਬਣਨ ਕਰਕੇ ਜਿਹੜੀ ਹੈਗੀ ਆ ਉਹ ਗਰਭ ਧਾਰਨ ਨਹੀਂ ਹੁੰਦਾ। ਇੰਨੀਆਂ ਕੁ ਜਿਹੜੀਆਂ ਅੱਜ ਦੇ ਸਮੇਂ 'ਚ ਤੇਜ਼ਾਬ ਆ ਉਹ ਸਮੱਸਿਆਵਾਂ ਪੈਦਾ ਕਰ ਰਿਹਾ, ਸਾਨੂੰ ਛੋਟਾ ਜਿਹਾ ਜਿਹੜਾ ਹੈਗਾ ਸਮਝਣ ਦੀ, ਥੋੜ੍ਹਾ ਜਿਹਾ ਸਮਝਣ ਦੀ ਜ਼ਰੂਰਤ ਹੈ ਇਹਦੇ ਲਈ। ਡਾਕਟਰ ਸਾਹਿਬ ਇੱਕ ਹੋਰ, ਤੇਜ਼ਾਬ ਅਤੇ ਗੈਸ 'ਚ ਫਰਕ ਕੀ ਹੈ ਜੀ? ਦੇਖੋ ਉਹ ਕੀ ਫਰਕ ਹੋ ਜਾਂਦਾ, ਕਈ ਕਹਿੰਦੇ ਨੇ ਸਾਡੇ ਤੇਜ਼ਾਬ ਬਣਦਾ, ਕਈ ਕਹਿੰਦੇ ਨੇ ਜੀ ਮੇਰੇ ਗੈਸ ਬਣੀ ਜਾਂਦਾ, ਉਹ ਫਰਕ, ਬੇਸਿਕ ਫਰਕ ਵੀ ਸਾਨੂੰ ਥੋੜ੍ਹਾ ਜਿਹਾ ਸਮਝਾ ਦਿਓ ਤਾਂ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ। ਬਾਤ ਪਿੱਤ ਕਫ ਜਿਹੜੇ ਹੈਗੇ ਆ ਆਯੁਰਵੇਦ ਨੇ ਤਿੰਨ ਦੋਸ਼ ਮੰਨੇ ਆ, ਉਹਦੇ ਵਿੱਚ ਜਿਹੜਾ ਪਿੱਤ ਹੈ ਜਿਹਨੂੰ ਮਾਡਰਨ ਸਾਇੰਸ 'ਚ ਬਾਇਲ ਕਹਿ ਦਿੰਦੇ ਆ, ਜਦੋਂ ਲੋੜੋਂ ਜ਼ਿਆਦਾ ਵੱਧ ਗਿਆ, ਠੀਕ ਹੈ ਜੀ, ਗਰਮੀ ਵੱਧ ਗਈ, ਜ਼ਹਿਰ ਜ਼ਿਆਦਾ ਵੱਧ ਗਈ ਤੁਹਾਡੇ ਅੰਦਰ, ਪਿੱਤ ਰਸ ਜ਼ਿਆਦਾ ਵੱਧ ਗਿਆ, ਉਹਨੂੰ ਤੇਜ਼ਾਬ ਕਹਿ ਦਿੰਦੇ ਹਾਂ। ਜਦੋਂ ਵਾਯੂ ਦੋਸ਼ ਤੁਹਾਡੇ ਅੰਦਰ ਜ਼ਿਆਦਾ ਵੱਧ ਗਿਆ, ਨਜਾਇਜ਼ ਤੋਂ ਆਪਣੀ ਜਿਹੜੀ ਸਮਾਨਿਆ ਅਵਸਥਾ ਦੇ ਵਿੱਚੋਂ ਜ਼ਿਆਦਾ ਵੱਧ ਗਿਆ, ਉਹਨੂੰ ਤੁਸੀਂ ਕਹਿ ਦਿੰਦੇ ਆ ਗੈਸ ਬਣ ਗਈ। ਕਿਉਂਕਿ ਕੁਦਰਤ ਨੇ ਆਯੁਰਵੇਦ ਨੇ ਮੰਨਿਆ ਹੋਇਆ ਵੀ ਜਦੋਂ ਤਿੰਨੇ ਦੋਸ਼ ਜਿਹੜੀ ਆਪਣੀ ਸਾਮਿਆ ਅਵਸਥਾ ਦੇ ਵਿੱਚ, ਸਮਾਨ ਅਵਸਥਾ ਦੇ ਵਿੱਚ ਰਹਿੰਦੇ ਆ, ਤਾਂ ਬੰਦਾ ਬਿਮਾਰ ਨਹੀਂ ਹੁੰਦਾ। ਤਿੰਨਾਂ ਦੇ ਵਿੱਚੋਂ ਵੀ ਇੱਕ ਵਿਗੜ ਗਿਆ, ਇੱਕ ਦੀ ਵਿਰਧੀ ਹੋ ਗਈ, ਇੱਕ ਵੱਧ ਗਿਆ, ਉਸ ਨੇ ਹੀ ਉਸ ਪਾਸੇ ਨੂੰ ਤੁਹਾਨੂੰ ਦੱਬ ਲੈਣਾ। ਵਾਤ ਵੱਧ ਗਿਆ, ਤੁਹਾਡੇ ਜੋੜਾਂ ਨੇ ਤੁਹਾਨੂੰ ਦੱਬ ਲੈਣਾ। ਪਿੱਤ ਵੱਧ ਗਿਆ, ਤੁਹਾਡੇ ਪੇਟ ਨੇ ਤੁਹਾਨੂੰ ਦੱਬ ਲੈਣਾ। ਕਫ ਵੱਧ ਗਿਆ, ਤੁਹਾਡੇ ਮਾਈਗ੍ਰੇਨ ਨੇ, ਤੁਹਾਡੀ ਛਾਤੀ ਨੇ ਤੁਹਾਨੂੰ ਦੱਬ ਲੈਣਾ। ਇਹ ਇੰਨੇ ਕੁ ਜਿਹੜੇ ਹੈਗੇ ਆ, ਬਸ ਹੈ ਗੱਲਾਂ ਛੋਟੀਆਂ ਛੋਟੀਆਂ, ਪਰ ਸਾਨੂੰ ਸਮਝਣ ਦੀ ਜ਼ਰੂਰਤ ਹੈ ਆਪਣੀ ਸਿਹਤ ਨੂੰ। ਅੱਛਾ ਡਾਕਟਰ ਸਾਹਿਬ, ਤੁਹਾਡੇ ਤੋਂ ਮਤਲਬ ਮੈਨੂੰ ਇਹ ਸਮਝ ਆਇਆ ਵੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪੱਦ ਆਉਂਦੇ ਨੇ ਉਹਨਾਂ ਦਾ ਵੀ ਕੰਮ ਖਰਾਬ ਹੈ, ਤੇ ਜਿਨ੍ਹਾਂ ਨੂੰ ਬਿਲਕੁਲ ਹੀ ਨਹੀਂ ਆਉਂਦੇ ਉਹਨਾਂ ਦਾ ਵੀ ਕੰਮ ਖਰਾਬ ਹੈ, ਤੇ ਜਿਹੜੇ ਰੋਕ ਲੈਂਦੇ ਨੇ ਆਉਣ ਦੇ ਬਾਵਜੂਦ ਸਭ ਤੋਂ ਵੱਧ ਕੰਮ ਖਰਾਬ ਹੈ। ਤੁਸੀਂ ਦੇਖੋ ਜਿਹੜੇ ਹੁਣ ਬੰਦੇ, ਕਈ ਬੰਦੇ ਸ਼ਰਮ ਮੰਨ ਜਾਂਦੇ ਨੇ ਵੀ ਅਸੀਂ ਕਿਤੇ ਬੈਠੇ ਹਾਂ ਵੀ ਅਸੀਂ ਗੈਸ ਨਹੀਂ, ਬਹੁਤ ਲੋਕ ਤਾਂ ਜੀ ਮੇਰੀ ਸ਼ਬਦ ਸੁਣ ਕੇ ਹੱਸਣ ਲੱਗ ਜਾਣਗੇ, ਹੱਸਣ ਲੱਗ ਜਾਣਗੇ ਵੀ ਹਾਂ ਜੀ ਅਸੀਂ ਪੱਦ ਮਾਰਾਂਗੇ, ਖੜਕਾ ਹੋਊਗਾ, ਸਾਤੋਂ ਲੋਕ ਹੱਸਣਗੇ। ਤਾਂ ਕਿ ਸਾਡੇ ਕਈ ਲੋਕ ਛਿੱਕ ਵੀ ਰੋਕਦੇ ਨੇ, ਤੁਸੀਂ ਦੇਖਿਆ ਛਿੱਕ ਰੋਕਣ ਨਾਲ ਸਭ ਤੋਂ ਵੱਧ ਜਿਹੜੀਆਂ ਕਫ ਦੇ ਰੋਗ ਪੈਦਾ ਹੁੰਦੇ ਨੇ, ਫੇਫੜਿਆਂ 'ਤੇ ਸਭ ਤੋਂ ਵੱਧ ਮਾੜਾ ਅਸਰ ਪੈਂਦਾ। ਬਹੁਤ ਵਾਰ ਡਾਕਟਰ ਸਾਹਿਬ ਮਾਫ਼ ਕਰਾਂ ਕਿਉਂਕਿ ਮੇਰੇ ਦਿਲ ਦੇ ਜਜ਼ਬਾਤ ਹੈਗੇ ਨੇ, ਬਹੁਤ ਵਾਰ ਹੁੰਦਾ, ਮੈਂ ਖਾਸ ਕਰ ਕੁੜੀਆਂ ਦੀ ਜੇਕਰ ਮੈਂ ਗੱਲ ਕਰਾਂ, ਉਹ ਕਿਉਂਕਿ ਬੜੀ ਐਟੀਕੇਟਸ ਵਾਲੀਆਂ ਹੁੰਦੀਆਂ ਨੇ ਜ਼ਿਆਦਾਤਰ, ਅਤੇ ਉਹ ਐਟੀਕੇਟਸ ਦੇ ਚੱਕਰ ਦੇ ਵਿੱਚ ਕੀ ਹੁੰਦਾ, ਉਹ ਛਿੱਕ ਮਾਰਦੀਆਂ ਨੇ ਅਤੇ ਬਹੁਤ ਸਲੋਲੀ ਹੱਥ ਰੱਖ ਕੇ ਅੱਛੀ, ਔਰ ਉਸ ਤੋਂ ਬਾਅਦ ਸੋਰੀ ਵੀ ਕਹਿ ਦਿੰਦੀਆਂ ਨੇ। ਬਿਲਕੁਲ ਜੀ ਬਿਲਕੁਲ, ਦੇਖੋ ਉਹ ਇੱਕ ਉਹੀ ਗੱਲ ਆ ਨਾ ਵੀ ਉੱਥੇ ਮਾਡਰਨ ਸੋਚ ਦੀ ਗੱਲ ਆ ਗਈ, ਸਾਡੇ ਪੁਰਾਣੇ ਬਜ਼ੁਰਗ ਆਮ ਕਹਿੰਦੇ ਹੁੰਦੇ ਸੀ ਛਿੱਕ ਪੱਦ ਅਤੇ ਡਕਾਰ ਤਿੰਨੇ ਸਿਹਤ ਦਾ ਸ਼ਿੰਗਾਰ, ਜਿਹਨਾਂ ਨੂੰ ਤਿੰਨੇ ਨਹੀਂ ਆਉਂਦੇ ਬੰਦਾ ਬਿਮਾਰ ਹੀ ਬਿਮਾਰ ਹੈ ਨਾ। ਜਿਹੜਾ ਬੰਦਾ ਤਿੰਨਾਂ ਨੂੰ ਖੁੱਲ੍ਹ ਕੇ ਨਹੀਂ ਮਾਰਦਾ ਹੈਗਾ ਉਹ ਬੰਦਾ ਬਿਮਾਰ ਹੀ ਰਹੂਗਾ। ਹੁਣ ਤੁਸੀਂ ਦੇਖੋ ਜਿਹੜੇ ਬੰਦੇ ਨੇ ਗੈਸ ਰੋਕ ਲਈ, ਸਾਡੀ ਕਿੱਡੀ ਲੰਬੀ ਆਂਤੜੀ ਆ, ਚੜ੍ਹ ਚੜ੍ਹ ਕੇ ਉਹਨੇ ਕਿੱਥੇ ਤੱਕ ਸਾਡੇ ਦਿਲ ਤੱਕ ਖਿੱਚ ਪਾਉਣੀ ਹੈ। ਬੰਦਾ ਕਹਿ ਨਹੀਂ ਦਿੰਦਾ ਯਾਰ ਦਿਲ 'ਚ ਤਿੱਖੀ ਚੂਸ ਚੁੱਭਦੀ ਹੈ, ਉਹ ਸੂਈ ਤਿੱਖੀ ਚੂਸ ਚੀਜ਼ ਆ ਜਿਹੜੀ ਉਹ ਸਾਰੀ ਤੁਹਾਡੀ ਗੈਸ ਤੁਹਾਡੇ ਦਿਲ 'ਚ ਵੜਦੀ ਹੈ ਜਾ ਕੇ, ਕਿਉਂਕਿ ਦਿਲ ਨੂੰ ਸਭ ਸਾਰੇ ਪੂਰੇ ਸਰੀਰ ਦੀ ਜਿਹੜੀ ਗਤੀ ਆ ਉਹ ਦਿਲ ਵੱਲ ਨੂੰ ਜ਼ਿਆਦਾ, ਉਹ ਗੈਸ ਤੁਹਾਡੇ ਖੂਨ ਨੂੰ ਗੰਧਲਾ ਕਰਕੇ ਉਹ 'ਚ ਅਮਲਤਾ ਪੈਦਾ ਕਰਕੇ ਉਹ ਤੁਹਾਡੇ ਦਿਲ ਨੂੰ ਚੜ੍ਹਦੀ ਹੈ, ਉਹ ਤੋਂ ਬਾਅਦ ਤੁਹਾਡੇ ਦਿਮਾਗ ਨੂੰ ਚੜ੍ਹਦੀ ਹੈ। ਬੰਦਾ ਕਹਿੰਦਾ ਯਾਰ ਮੇਰੇ ਪੇਟ 'ਚ ਵੀ ਕੁਛ ਨਹੀਂ, ਮੈਂ ਖਾਂਦਾ ਵੀ ਠੀਕ ਨਹੀਂ, ਮੇਰਾ ਸਿਰ ਦੁਖਣੋਂ ਨਹੀਂ ਹਟਦਾ। ਉਹ ਗੱਲ ਇਹ ਆ ਵੀ ਤੁਹਾਡੇ ਦਿਮਾਗ ਨੂੰ ਨਾੜੀਆਂ ਦੇ ਵਿੱਚ ਬਾਤ ਦੋਸ਼ ਆ ਜਿਹੜਾ ਇਹੋ ਜਿਹੀ ਚੀਜ਼ ਹੈ ਉਹ ਤੁਹਾਡੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੇ ਵਾਲ ਤੱਕ ਘੁੰਮਦਾ, ਸਭ ਤੋਂ ਵੱਧ ਸਾਡੇ ਜਿਹੜੇ ਬਿਮਾਰੀਆਂ ਪੈਦਾ ਉਹ
ਵਾਤ ਦੋਸ਼ ਦੇ ਨਾਲ ਹੁੰਦੀਆਂ ਨੇ, ਹਵਾ ਦੇ ਨਾਲ ਹੁੰਦੀਆਂ ਨੇ, ਮਾੜੀ ਗੈਸ ਦੇ ਨਾਲ ਹੁੰਦੀਆਂ ਨੇ। ਫਿਰ ਜਦੋਂ ਮੈਂ ਜੀ ਪਹਿਲਾਂ ਹੁੰਦਾ ਸੀ, ਕਈ ਵਾਰ ਹੁੰਦਾ ਸੀ ਕਿ ਖਾਣਾ ਨਹੀਂ ਖਾਧਾ ਜਾਂਦਾ ਸਵੇਰੇ ਲੈ ਕੇ ਸ਼ਾਮ ਤੱਕ, ਕੰਮ ਦੀ ਰੂਟੀਨ ਕਈ ਵਾਰ ਇਸ ਤਰ੍ਹਾਂ ਦੀ ਹੁੰਦੀ ਸੀ ਜਦੋਂ ਤੱਕ ਤੁਹਾਡੇ ਵਰਗੇ ਤਜਰਬੇਕਾਰ ਵੈਦਾਂ ਦਾ ਸੰਪਰਕ ਦੇ ਵਿੱਚ ਅਸੀਂ ਨਹੀਂ ਸੀ। ਉਹ ਮੈਨੂੰ ਵੀ ਫਿਰ ਮੈਨੂੰ ਤਾਂ ਹੁਣ ਸਮਝ ਆਇਆ ਕਿ ਜਦੋਂ ਮੈਂ ਖਾ ਕੇ ਨਹੀਂ ਕੁਝ ਜਾਂਦਾ ਸੀ, ਮੈਂ ਕਹਿੰਦਾ ਯਾਰ ਜੇ ਮੈਨੂੰ ਭੁੱਖ ਲੱਗਦੀ ਹੈ ਅਤੇ ਭੁੱਖ ਤੋਂ ਬਾਅਦ ਮੈਂ ਭੁੱਖ ਨਹੀਂ ਆਪਣੀ ਸ਼ਾਂਤ ਕਰਦਾ ਤਾਂ ਮੇਰਾ ਸਿਰ ਦੁਖਣ ਲੱਗ ਜਾਂਦਾ ਸੀ। ਉਹੀ ਆ ਨਾ, ਅੰਦਰ ਸਾਡੇ ਗੈਸ ਭਰੀ ਪਈ ਹੈ ਉਹ ਹੁਣ ਤੁਸੀਂ ਬੁਲਬਲੇ ਦੇ ਵਿੱਚ ਹਵਾ ਭਰ ਕੇ ਤੁਸੀਂ ਉਹਨੂੰ ਮੂਹਰੇ ਤੋਂ ਬੰਦ ਕਰ ਦਿਓ, ਉਹਦੇ ਵਿੱਚ ਆਪਾਂ ਜੇ ਅਸੀਂ ਉਹਨੂੰ ਖੋਲ੍ਹਣ ਤੋਂ ਵੀ ਡਰਦੇ ਹਾਂ ਕਿਉਂਕਿ ਉੱਡ ਜੂਗੀ ਉਹ, ਜਮ੍ਹਾਂ ਹੀ ਉਹ ਨਿਕਲ ਜੂਗੀ, ਹੈ ਨਾ। ਤੁਸੀਂ ਇਹ ਦੇਖੋ ਵੀ ਜਦੋਂ ਤੁਸੀਂ ਉਹ ਤੁਹਾਡਾ ਸਟਮਕ ਹੈ ਇੱਕ ਬੁਲਬਲੇ ਦੀ ਤਰ੍ਹਾਂ, ਜਦੋਂ ਗੈਸ ਦੇ ਨਾਲ ਇਹ ਭਰਿਆ ਪਿਆ ਆਕੜਿਆ ਪਿਆ, ਹੈ ਨਾ, ਤੁਸੀਂ ਉਹਦੇ ਰੋਟੀ ਤੋਂ ਉਹਨੂੰ ਖਾਣ ਨੂੰ ਮੰਨ ਲਓ ਵੀ ਤੁਸੀਂ ਧੱਕੇ ਨਾਲ ਵੀ ਖਾਓਗੇ ਤਾਂ ਵੀ ਤੁਹਾਡੀ ਉਲਟੀ ਨਾਲ ਉਹ ਬਾਹਰ ਨੂੰ ਆਉਂਦੀ ਆ। ਉਹ ਕਾਰਨ ਇਹ ਆ ਵੀ ਤੁਹਾਡੇ ਲੋੜੋਂ ਜ਼ਿਆਦਾ ਜਿਹੜੀ ਵਾਤ ਅੰਦਰ ਇਕੱਠੀ ਹੋ ਜਾਂਦੀ ਆ, ਇਹ ਜਿਹੜਾ ਮੇਨ ਉਹਦਾ ਕਾਰਨ ਹੈ। ਅੱਛਾ, ਬਹੁਤ ਵਾਰ ਹੁੰਦਾ ਜੀ ਜਦੋਂ ਗੈਸ ਬਣੀ ਹੁੰਦੀ ਹੈ, ਤੇਜ਼ਾਬ ਬਣਿਆ ਹੁੰਦਾ, ਸਾਡੇ ਵਰਗੇ ਕਹਿੰਦਾ ਯਾਰ ਲੱਸੀ ਪੀ ਲੈ ਠੰਡੀ, ਜਾਂ ਕੋਸਾ ਕੋਸਾ ਠੰਡਾ ਠੰਡਾ ਦੁੱਧ ਪੀ ਲੈ, ਜਾਂ ਫਿਰ ਪਾਣੀ ਪੀ ਕੇ ਆਪਣੀ ਭੁੱਖ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਠੀਕ ਹੈ, ਭੁੱਖ ਲੱਗੀ ਹੁੰਦੀ ਉਹ 100% ਗਲਤ ਹੈ। ਜਿਹੜੇ ਬੰਦਿਆਂ ਦੇ ਅੰਦਰ ਕਹਿ ਲਓ ਵੀ ਇੱਕ ਤਰ੍ਹਾਂ ਦਾ ਅਫਾਰਾ ਬਣਿਆ ਹੋਇਆ, ਗੈਸ ਬਣਿਆ ਹੋਇਆ, ਉਹ ਕੁਛ ਪਲਾਂ ਲਈ ਤਾਂ ਉਹ ਠੰਡੀ ਲੱਸੀ ਪੀ ਕੇ ਜਾਂ ਠੰਡਾ ਪਾਣੀ ਪੀ ਕੇ ਉਹਨੂੰ ਸ਼ਾਂਤ ਕਰ ਲੈਣਗੇ, ਕਿਉਂਕਿ ਜਿਹੜਾ ਵਾਤ ਦਾ ਜਿਹੜਾ ਹੈਗਾ ਉਹ ਤਸੀਰ ਹੈ ਉਹਦੀ ਗਰਮ ਹੈ। ਤੁਸੀਂ ਇੱਕਦਮ ਗਰਮੀ ਦੇ ਵਿੱਚ ਇੱਕੋ ਦਮ ਠੰਡੀ ਚੀਜ਼ ਸਿੱਟੋਗੇ, ਉਹ ਇੱਕ ਦੂਜੇ ਦੇ ਵਿਰੁੱਧ ਹੋ ਗਏ, ਉਹਨੇ ਸਗੋਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਜਿਹੜੀ ਦਿੱਕਤ ਪੈਦਾ ਕਰਨੀ ਹੈ। ਔਰ ਲੋਕ ਕਰ ਵੀ ਰਹੇ ਹੈ, ਕਈ ਬੰਦੇ ਤੁਸੀਂ ਦੇਖਿਆ ਰਾਤ ਨੂੰ ਫਰਿੱਜ 'ਚ ਠੰਡਾ ਦੁੱਧ ਰੱਖ ਦੇਣਗੇ, ਲੌਂਗ ਇਲਾਇਚੀਆਂ ਸੌਂਫ ਅਜਵਾਇਣ ਪਾ ਕੇ, ਉਹ ਸਵੇਰੇ ਖਾਲੀ ਪੀਟ ਪੈਣਗੇ, ਉਹ ਸਗੋਂ ਤੁਹਾਡੇ ਅੰਦਰ ਜ਼ਹਿਰ ਆ। ਇੱਕ ਤਾਂ ਤੁਹਾਡੇ ਜਿਹੜੇ ਫਰਿੱਜ ਦੀਆਂ 12 ਤਰ੍ਹਾਂ ਦੀਆਂ ਕਲੋਰੋ ਫਲੋਰੋ ਕਾਰਬਨ ਜਿਹੜੀਆਂ ਉਹਦੇ ਵਿੱਚ ਭਰੀਆਂ ਗਈਆਂ, ਉਹ ਜ਼ਹਿਰ ਆ, ਦੂਜਾ ਜਿਹੜੀ ਠੰਡਕ ਉਹ ਜ਼ਹਿਰ, ਤੀਜਾ ਨੰਬਰ ਉਹਦੇ ਵਿੱਚ ਬੈ ਆ ਗਈ। ਤਿੰਨ ਚੀਜ਼ਾਂ, ਤਿੰਨ ਜ਼ਹਿਰਾਂ ਇਕੱਠੀਆਂ ਹੋ ਕੇ ਤੁਸੀਂ ਆਪਣੇ ਜਿਹੜੇ ਪੇਟ ਨੂੰ ਦੇ ਰਹੇ ਹਾਂ, ਉਹ ਸਭ ਤੋਂ ਵੱਧ ਤੁਹਾਡੇ ਅੰਦਰ ਜਿਹੜਾ ਗੈਸ ਤੇਜ਼ਾਬ ਪੈਦਾ ਕਰਦਾ ਜੀ। ਜਿਹੜਾ ਤੌਲੇ ਵਰਗੇ ਢਿੱਡ ਨੇ ਗੈਸ ਕਰਕੇ ਨੇ ਜੀ, ਤੌਲੇ ਵਰਗੇ ਲੋਕਾਂ ਦੇ ਢਿੱਡ ਹੋਏ ਪਏ ਨੇ ਜੀ। ਇਸ ਜਗ੍ਹਾ ਜਦ ਸਭ ਕੁਛ ਇਕੱਠਾ ਹੋਈ ਜਾਊਗਾ ਨਾ, ਤੌਲੇ ਵਰਗਾ ਹੋਣਾ। ਹੁਣ ਅੱਜ ਕੱਲ੍ਹ ਲੋਕ ਇਹ ਬਹੁਤ ਕਹਿਣ ਲੱਗ ਗਏ, ਤੁਸੀਂ ਦੇਖਿਆ ਮੈਂ ਇੱਕ ਜਗ੍ਹਾ ਖੜਾ, ਉਹ ਬੰਦਾ ਆਪਣੇ ਦੋਸਤ ਨੂੰ ਕਹਿੰਦਾ ਯਾਰ ਤੇਰਾ ਪੇਟ ਏ ਬਹੁਤ, ਤੇਰਾ ਤਾਂ ਜਵਾਨ ਹੋ ਗਿਆ। ਤੁਸੀਂ ਇਹ ਕਹਿਣ ਲੱਗ ਗਏ ਲੋਕ ਵੀ ਸਰੀਰ ਬੰਦੇ ਦਾ ਹੈ ਨਹੀਂ, ਪੇਟ ਜਵਾਨ ਹੋਇਆ ਪਿਆ ਅੱਜ ਕੱਲ੍ਹ ਹਰੇਕ ਬੰਦੇ ਦਾ। ਤੁਸੀਂ ਇਹ ਕਹਿ ਲਓ ਵੀ ਉਹ ਗੱਲ ਸਾਰਾ ਤੇਜ਼ਾਬ ਤੋਂ ਔਰ ਗੈਸ ਤੋਂ ਜਿਹੜਾ ਮਸਲਾ ਵਿਗੜਿਆ ਹੋਇਆ। ਤੇ ਫਿਰ ਹੱਲ ਵੀ ਤਾਂ ਤੁਸੀਂ ਕਰਨਾ ਜੀ, ਹੁਣ ਤੁਹਾਡੇ ਆਪਣੇ ਕੋਈ ਟੋਟਕਾ ਕੋਈ ਨੁਸਖਾ ਦਾ ਹੱਲ ਕਰਨ ਵਾਸਤੇ ਤੁਸੀਂ ਆਪਣੀ ਘਰੇਲੂ ਰਸੋਈ ਦੇ ਵਿੱਚ ਵੜ ਜਾਣਾ, ਨਾ ਕਿ ਤੁਸੀਂ ਮੈਡੀਕਲ ਸਟੋਰਾਂ ਕੋਲ, ਨਾ ਕਿ ਤੁਹਾਡੇ ਕੋਲ ਆਉਣ ਦੀ ਵੀ ਲੋੜ ਨਹੀਂ ਹੈਗੀ। ਜਿਹੜਾ ਬੰਦਾ ਕਹਿੰਦਾ ਵੀ ਹਾਂ ਮੈਂ ਠੀਕ ਹੋਣਾ, ਉਹ ਘਰ ਬਹਿ ਕੇ ਠੀਕ ਹੋ ਸਕਦਾ ਬੰਦਾ, ਇੱਕ ਬਹੁਤ ਛੋਟੀ ਜਿਹੀ ਗੱਲ ਹੈ। ਆਹ ਦੇਖੋ, ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਦਾਦੀਆਂ ਪੜਦਾਦੀਆਂ ਆਮ ਹਰੇਕ ਬੰਦੇ ਨੂੰ ਪਤਾ ਸੀਗਾ ਮਿੱਠਾ ਸੋਡਾ ਖਾਣ ਵਾਲਾ ਜੇ ਬਹੁਤਾ ਜਿਹੜੇ ਬੰਦੇ ਨੂੰ, ਮਾਫ਼ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ, ਮਿੱਠਾ ਸੋਡਾ ਤਾਂ ਅਸੀਂ ਡੰਗਰਾਂ ਨੂੰ ਦਿੰਦੇ ਹਾਂ ਜੀ। ਨਹੀਂ ਜੀ ਨਹੀਂ, ਡੰਗਰਾਂ ਨੂੰ ਵੀ ਦੇਖੋ ਪੇਟ ਸਾਫ਼ ਕਰਨ ਵਾਸਤੇ ਉਹ ਦਿੰਦੇ ਹਾਂ, ਉਹਨਾਂ ਦੀ ਬੈ ਕੱਢਣ ਵਾਸਤੇ ਦਿੰਦੇ ਹਾਂ। ਪੁਰਾਣੇ ਸਾਡੇ ਬਜ਼ੁਰਗ ਇਹਨੂੰ ਖਾਂਦੇ ਵੀ ਸੀਗੇ ਪੇਟ ਨੂੰ ਠੀਕ ਰੱਖਣ ਵਾਸਤੇ। ਤੁਸੀਂ ਇਹਦੀ ਖਾਲੀ ਪੇਟ, ਜਿਹੜੇ ਬੰਦੇ ਦੇ ਅੰਦਰ ਤੇਜ਼ਾਬ ਬਣਦਾ, ਖਾਲੀ ਪੇਟ ਇੱਕ ਚੁਟਕੀ ਇੱਕ ਚੁੰਡੀ ਭਰ ਕੇ ਲੈ ਲਓ, ਤੇਜ਼ਾਬ ਨਹੀਂ ਬਣੂਗਾ। ਬੰਦਾ ਕਹਿੰਦਾ ਵੀ ਮੇਰੇ ਗੈਸ ਤੇਜ਼ਾਬ ਬਿਨਾਂ, ਜਿਹੜਾ ਕੈਪਸੂਲ ਬਿਨਾਂ ਮੇਰਾ ਸਰਦਾ ਨਹੀਂ, ਸਵਾਲ ਨਹੀਂ ਪੈਦਾ ਹੁੰਦਾ ਵੀ ਇੱਕ ਹਫ਼ਤੇ ਬਾਅਦ ਉਹ ਕੈਪਸੂਲ ਲੈ ਜਾਵੇ। ਉਹ ਤੋਂ ਬਾਅਦ ਪੁਦੀਨਾ ਸੱਤ ਆ ਗਿਆ, ਜਿਹਨੂੰ ਪੈਪਰਮਿੰਟ ਵੀ ਕਹਿ ਦਿੰਦੇ ਹਾਂ, ਆਮ ਲੋਕਾਂ ਨੇ ਸੁਣਿਆ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ। ਤੁਸੀਂ ਇਹਦੀ ਇੰਨੀ ਕੁ ਤੋੜ ਕੇ, ਸਿਰਫ ਇੰਨਾ ਕੁ ਤੋੜ ਕੇ ਤੁਸੀਂ ਖਾ ਲਓ ਇਹਨੂੰ, ਧੂੰਆਂ ਕੱਢ ਦਿੰਦੇ ਇਹ। ਤੁਸੀਂ ਇਹ ਕਹਿ ਲਓ ਵੀ ਬੰਦੇ ਦਾ ਖਾਂਦੀ ਸਾਰੇ ਇੰਨੀ ਕੁ ਜ਼ਿਆਦਾ ਅੰਦਰ ਠੰਡ ਪਾ ਦਿੰਦਾ, ਕੈਪਸੂਲ ਤੁਸੀਂ 10 ਤੇਜ਼ਾਬ ਵਾਲੇ 10 ਕੈਪਸੂਲ ਖਾ ਲਿਓ ਇਕੱਠੇ, ਉਹ ਤੁਹਾਨੂੰ ਇੰਨੀ ਜੀ ਛੇਤੀ ਆਰਾਮ ਨਹੀਂ ਦੇਣਗੇ ਜਿੰਨਾ ਸਿਰਫ ਇੰਨਾ ਕੁ ਟੁਕੜਾ ਤੁਹਾਨੂੰ। ਇੰਨਾ ਕੁ ਟੁਕੜਾ, ਇਹ ਤਾਂ ਜੀ ਆਹ ਦੇਖਿਓ ਤੁਸੀਂ ਜ਼ਰਾ, ਇੰਨਾ ਕੁ ਟੁਕੜਾ ਵੀ ਜ਼ਿਆਦਾ ਜੀ, ਮੈਨੂੰ ਲੱਗਦਾ ਜੇ ਕੈਮਰਾਮੈਨ ਕੈਪਚਰ ਕਰ ਸਕਣ ਇਹ ਹੱਥ ਤੋਂ। ਇਹ ਵੀ ਦੇਖੋ ਵੀ ਨਾਲੇ ਇਹ ਨੈਚੁਰਲ ਚੀਜ਼ਾਂ, ਸਰੀਰ ਨੂੰ ਇਹਨੇ ਕੋਈ ਖਰਾਬ ਨਹੀਂ ਕਰਨਾ, ਕੋਈ ਤੇਜ਼ਾਬ ਨਹੀਂ ਬਣ ਦੇਣਾ, ਕੋਈ ਇਹਦਾ ਸਾਈਡ ਇਫੈਕਟ ਨਹੀਂ, ਠੀਕ ਹੈ ਜੀ। ਪਰ ਇਹ ਗੱਲ ਆ ਵੀ ਲੋਕ ਸਾਡੇ ਇਹਨਾਂ ਚੀਜ਼ਾਂ ਤੋਂ ਵਾਂਝੇ ਹੋ ਗਏ, ਪਿੱਛੇ ਰਹਿ ਗਏ। ਉਹ ਤੋਂ ਬਾਅਦ ਆ ਜਾਂਦਾ ਧਨੀਆ, ਥੈਲ ਨੂੰ ਠੀਕ ਕਰਨ ਵਾਸਤੇ ਸਭ ਤੋਂ ਵਧੀਆ, ਤੁਹਾਡੇ ਮੋਟਾਪੇ ਨੂੰ ਠੀਕ ਕਰਨ ਵਾਸਤੇ ਗਰਮ ਹੁੰਦਾ ਜੀ, ਠੰਡਾ ਸੁੱਕਾ ਧਨੀਆ ਦਾ ਜੀ, ਠੰਡਾ ਹੈਗਾ ਜੀ, ਠੀਕ ਹੈ ਜੀ। ਇਹਨੂੰ ਤੁਸੀਂ ਰਗੜ ਕੇ ਰੱਖੋ, ਅੱਧਾ ਚਮਚ ਸਿਰਫ ਖਾਲੀ ਪੇਟ ਲੈ ਲਓ, ਜਾਂ ਰਾਤ ਨੂੰ ਭਿਉਂ ਕੇ ਰੱਖ ਦਿਓ, ਜਾਂ ਸਵੇਰੇ ਖਾਲੀ ਪੇਟ ਇੱਦਾਂ ਹੀ ਲੈ ਲਓ, ਇਹ ਨਹੀਂ ਤੇਜ਼ਾਬ ਬਣਨ ਦਿੰਦਾ। ਦੁਨੀਆ ਦੀ ਸਭ ਤੋਂ ਉੱਤਮ ਚੀਜ਼ ਆ ਗਈ ਜੀਰਾ, ਹਰ ਘਰ ਦੇ ਵਿੱਚ ਪਿਆ। ਜਿਹੜੇ ਬੰਦੇ ਦੇ ਘਰ ਗੈਸ ਬਣਦੀ ਹੈ, ਜਿਹਦੇ ਤੇਜ਼ਾਬ ਬਣਦਾ, ਉਹਨੇ ਕੀ ਕਰਨਾ, ਜੀਰੇ ਨੂੰ ਹਲਕਾ ਜਿਹਾ ਮੱਠੀ ਜਿਹੀ ਅੱਗ 'ਤੇ ਤਵੇ ਦੇ ਉੱਤੇ ਭੁੰਨ ਲੈਣਾ, ਉਹਨੂੰ ਭੁੰਨ ਕੇ ਰਗੜ ਕੇ ਰੱਖ ਲਓ, ਅੱਧਾ ਚਮਚ ਦਹੀਂ 'ਚ ਮਿਲਾ ਕੇ ਲੈ ਲਓ ਜਾਂ ਤਾਜ਼ੇ ਪਾਣੀ ਨਾਲ ਲੈ ਲਓ। ਮਿੰਟ 5 ਦੇ ਵਿੱਚ ਤੁਹਾਡੇ ਪੇਟ ਨੂੰ ਸ਼ਾਂਤ ਕਰ ਦੂਗੀ, ਡਕਾਰ ਵੀ ਆਜੂਗਾ, ਪੱਦ ਵੀ ਆਜੂਗਾ, ਦੋਵੇਂ ਪਾਸੇ ਨੂੰ ਹਵਾ ਸਰਜੂਗੀ, ਬੰਦਾ 5 ਮਿੰਟਾਂ ਦੇ ਵਿੱਚ ਠੀਕ। ਕੀ ਬਾਤ ਹੈ! ਤੇ ਫਿਰ ਇਹ ਜਿਹੜਾ ਮੇਥੀ ਦਾਣਾ ਜੀ, ਇਹ ਮੇਥੀ ਦਾਣਾ ਜੀ, ਇਹ ਵੀ ਤੇਜ਼ਾਬ ਵਾਸਤੇ
ਨੂੰ ਲੈ ਕੇ ਇੰਨਾ ਕੁ ਜ਼ਿਆਦਾ ਜਿਹੜੇ ਹੋ ਗਏ ਆ ਪਾਗਲ ਹੋ ਚੁੱਕੇ ਆ ਇੱਕ ਤਰ੍ਹਾਂ ਦੇ ਵੀ ਡਾਕਟਰਾਂ ਦੇ ਚੱਕਰ ਕੱਢ ਕੱਢ ਕੇ ਸਟੋਰਾਂ ਦੇ ਚੱਕਰ ਸੋ ਸਟੋਰ ਤੁਸੀਂ ਕਈ ਵਾਰੀ ਦੇਖਿਆ ਹੋਣਾ ਲੋਕ ਸਟੋਰ ਖੋਲ੍ਹਣ ਤੋਂ ਪਹਿਲਾਂ ਉਹਦੇ ਅੱਗੇ ਖੜ੍ਹੇ ਹੁੰਦੇ ਨੇ ਵੀ ਹਾਂ ਜੀ ਸਾਡਾ ਤਾਂ ਦਵਾਈਆਂ ਖਾ ਕੇ ਹੀ ਦਿਨ ਚੜ੍ਹਨਾ ਪਰ ਗੱਲ ਇਹ ਆ ਵੀ ਦਵਾਈਆਂ ਖਾ ਕੇ ਜਿਹਨੇ ਜਿਸ ਇਨਸਾਨ ਨੇ ਜ਼ਿੰਦਗੀ ਕੱਟਣੀ ਹੈ ਉਹਦਾ ਫਿਰ ਹੋਣਾ ਨਾ ਹੋਣਾ ਦੁਨੀਆਂ ਪਰ ਕੋਈ ਫਾਇਦਾ ਨਹੀਂ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬੜੇ ਜ਼ਬਰਦਸਤ ਔਰ ਬਹੁਤ ਘਰੇਲੂ ਛੋਟੇ ਛੋਟੇ ਤੋੜ ਕੇ ਦਿੱਤੇ ਨੇ, ਮਜ਼ਾ ਆ ਗਿਆ ਗੱਲਬਾਤ ਕਰਕੇ। ਜੀ ਧੰਨਵਾਦ ਜੀ, ਬਹੁਤ ਬਹੁਤ ਜੀ। ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ, ਵੈਦ ਜਗਰੂਪ ਸਿੰਘ ਭੰਗੂ, ਜਿਨ੍ਹਾਂ ਨੇ ਦੱਸਿਆ ਕਿ ਜੇਕਰ ਤੁਹਾਡੇ ਤੇਜ਼ਾਬ ਗੈਸ ਬਣਦਾ ਤਾਂ ਤੁਸੀਂ ਕਿਵੇਂ ਮੇਥੀ ਦਾਣੇ ਨਾਲ, ਪੁਦੀਨਾ ਸੱਤ ਨਾਲ, ਔਰ ਜਿਹੜਾ ਅਸੀਂ ਕਹਿ ਲਈਏ ਕਿ ਧਨੀਏ ਨਾਲ, ਜ਼ੀਰੇ ਨਾਲ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਹੁਣ ਫੈਸਲਾ ਹੈ ਜਿਹੜਾ ਉਹ ਤੁਸੀਂ ਕਰਨਾ ਹੈ, ਤੁਸੀਂ ਕੈਪਸੂਲ ਗੋਲੀਆਂ ਸਿਰਪ ਜਿਹੜੇ ਮੈਡੀਕੇਟਡ ਉਹ ਲੈਣੇ ਨੇ ਜਾਂ ਫਿਰ ਆਪਣੇ ਰਸੋਈ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਸਥਾਨ ਦੇਣਾ, ਇਹ ਸਾਰਾ ਫੈਸਲਾ ਤੁਹਾਡੇ 'ਤੇ ਹੈ। ਫਿਲਹਾਲ ਜੇਕਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਡਾਕਟਰ ਜਗਰੂਪ ਸਿੰਘ ਭੰਗੂ ਹੋਰਾਂ ਦੀ ਟੀਮ ਦਾ, ਉਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਵੈਦ ਜੀ ਨਾਲ ਰਾਬਤਾ ਕਰ ਸਕਦੇ ਹੋ। ਵੀਰਵਾਰ ਨੂੰ ਛੱਡ ਕੇ ਅਸੀਂ ਇਸ ਵੇਲੇ ਉੱਚਾ ਪਿੰਡ ਸੰਘੌਲ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਬੈਠੇ ਹਾਂ। ਇਹ ਹੋਸਪਿਟਲ ਵੀ ਉੱਥੇ ਹੀ ਹੈ, ਵੀਰਵਾਰ ਨੂੰ ਜਿੱਥੇ ਛੁੱਟੀ ਹੁੰਦੀ ਹੈ। ਅਗਰ ਕੋਈ ਦੂਸਰੇ ਪਾਸੇ ਤੋਂ ਆਉਣਾ ਚਾਹੁੰਦਾ ਯਾਨੀ ਕਿ ਕਿਸੇ ਹੋਰ ਪਾਸੇ ਤੋਂ ਦੂਰ ਨੇੜਿਓ ਪੈਂਦਾ ਤਾਂ ਸੈਂਟਰ ਦੇ ਵਿੱਚ ਵੀ, ਪੰਜਾਬ ਦੇ ਸੈਂਟਰ ਲੁਧਿਆਣਾ ਦੇ ਵਿੱਚ ਵੀ ਜਿਹੜਾ ਵੈਦ ਜਗਰੂਪ ਸਿੰਘ ਭੰਗੂ ਇਤਵਾਰ ਨੂੰ ਸਵੇਰੇ 10 ਤੋਂ ਸ਼ਾਮ ਨੂੰ 5 ਵਜੇ ਤੱਕ ਮਰੀਜ਼ਾਂ ਦਾ ਚੈੱਕਅਪ ਕਰਦੇ ਨੇ। ਤੂਰ ਮਾਰਕੀਟ ਵੱਜਦੀ ਹੈ ਦੁਗਰੀਵਾਲ ਜੇਕਰ ਅਸੀਂ ਆਈਏ ਤਾਂ ਤੂਰ ਮਾਰਕੀਟ ਹੈ ਫਸਟ ਫਲੋਰ ਦੇ ਉੱਤੇ, ਵੈਦ ਜਗਰੂਪ ਸਿੰਘ ਭੰਗੂ ਹੋਰਾਂ ਦਾ ਜਿਹੜਾ ਇਹ ਸੈਂਟਰ ਹੈ ਜਿੱਥੇ ਉਹ ਦੇਖਦੇ ਨੇ। ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਆਉਂਦਾ ਤਾਂ ਫਿਰ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਹਾਡਾ ਵੈਲਕਮ ਹੈ। ਇਹ ਜ਼ਰੂਰ ਦੱਸਿਓ ਜਿਨ੍ਹਾਂ ਨੇ ਅਜ਼ਮਾਇਆ ਅਜ਼ਮਾਓ, ਅਜ਼ਮਾ ਕੇ ਕਮੈਂਟ ਬਾਕਸ ਵਿੱਚ ਆਪਣਾ ਤਜਰਬਾ ਜ਼ਰੂਰ ਦੱਸਿਓ ਤਾਂ ਕਿ ਸਾਡੀ ਵੀ ਜਿਹੜੀ ਹੌਸਲਾ ਅਫਜ਼ਾਈ ਹੋ ਸਕੇ। ਧੰਨਵਾਦ।